ਕੇ ਅੱਜ ਗੱਲ ਕਰਦੇ ਹਾਂ ਠੰਡੀ ਛਾਂ ਦਾ ਲੰਗਰ, ਕਿਉਂਕਿ ਠੰਡੀ ਛਾਂ ਦਾ ਲੰਗਰ ਸਮੂਹ ਸੰਗਤ ਦੇ ਜਿੰਨੀਆਂ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਸਾਡੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ, ਜਿੰਨੇ ਵੀ ਮੋਗ ਗੁੱਗੇ ਸ਼ਹਿਰ ਦੀ ਸੰਗਤ ਆ, ਅੱਜ ਜਿਹੜਾ 8ਵਾਂ ਠੰਡੀ ਛਾਂ ਦਾ ਲੰਗਰ ਲਗਾਇਆ ਜਾ ਰਿਹਾ। ਅੱਜ 5000 ਦੇ ਕਰੀਬ ਬੂਟੇ ਖਾਲਸਾ ਸੇਵਾ ਸੁਸਾਇਟੀ ਵੱਲੋਂ ਵੰਡੇ ਜਾਣਗੇ ਜੀ। ਜਿਹੜਾ ਲੰਗਰ ਲੱਗਿਆ ਹੈਗਾ, ਇਹ ਪੌਦੇ ਘਰ ਲੈ ਕੇ ਜਾਣ ਔਰ ਇਸ ਦੀ ਦੇਖਭਾਲ ਕਰਨ, ਔਰ ਆਉਣ ਵਾਲੇ ਸਮੇਂ ਦੇ 4-5 ਸਾਲਾਂ ਨੂੰ ਇਹ ਇੱਕ ਬਹੁਤ ਵੱਡਾ ਬ੍ਰਿਕਸ਼ ਬਣੇਗਾ, ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਸਾਨੂੰ ਕਿਤੇ ਨਾ ਕਿਤੇ ਕੋਸੇਗੀ। ਸਵਾਗਤ ਹੈ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ। ਅੱਜ ਮੋਗਾ ਵਿਖੇ ਖਾਲਸਾ ਸੇਵਾ ਸੁਸਾਇਟੀ ਰਜਿਸਟਰ ਮੋਗਾ ਵੱਲੋਂ ਫਿਰੋਜ਼ਪੁਰ ਲੁਧਿਆਣਾ ਰੋਡ ਨੇੜੇ ਗੋਦੇਵਾਲਾ ਸਟੇਡੀਅਮ ਵਿਖੇ ਠੰਡੀ ਛਾਂ ਦਾ ਲੰਗਰ ਲਗਾਇਆ ਗਿਆ। ਇਸ ਦਾ ਉਦਘਾਟਨ ਡਾਕਟਰ ਹਰਕੀਤ ਸਿੰਘ ਸੇਖੋਂ UL0 ਇਮੀਗ੍ਰੇਸ਼ਨ ਵਾਲਿਆਂ ਵੱਲੋਂ ਕੀਤਾ ਗਿਆ ਅਤੇ ਸੁਸਾਇਟੀ ਦੇ ਇਸ ਨਿਵੇਕਲੇ ਕਾਰਜ ਦੀ ਸ਼ਲਾਘਾ ਵੀ ਕੀਤੀ ਗਈ। ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਸੋਢੀ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਲੰਗਰ ਵਿੱਚ 3500 ਦੇ ਕਰੀਬ ਜੰਡ, ਜਾਮਨ, ਡੇਕ, ਅੰਬ, ਅਗਨੇਰ, ਨਿੰਬੂ, ਲੈਮਨ ਗ੍ਰਾਸ, ਕਚਨਾਰ, ਨਿੰਮ, ਪਿੱਪਲ, ਸੁਹੰਜਣਾ, ਬਾਂਸ, ਅਰਜਨ, ਹੋਰ ਵੀ ਕਈ ਤਰ੍ਹਾਂ ਦੇ ਅਨੇਕਾਂ ਬੂਟੇ ਵੰਡੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਠੰਡੀ ਛਾਂ ਦੇ ਲੰਗਰ ਦੇ ਨਾਲ ਰੁੱਖ ਲਗਾਓ ਇਨਾਮ ਪਾਓ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਠੰਡੀ ਛਾਂ ਦੇ ਲੰਗਰ ਤੋਂ ਬੂਟੇ ਲੈ ਕੇ ਬੂਟੇ ਲਗਾਉਣ ਦੀ ਫੋਟੋ ਭੇਜਣ ਵਾਲਿਆਂ ਦਾ ਮਾਣ ਸਨਮਾਨ ਇੱਕ ਲੱਕੀ ਡਰਾ ਵੀ ਕੱਢਿਆ ਜਾਵੇਗਾ, ਜਿਸ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਇਨਾਮ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੌਕੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਆਓ ਤੁਹਾਨੂੰ ਦਿਖਾਉਂਦੇ ਹਾਂ ਮੋਗਾ ਦੀ ਇਹ ਵਿਸ਼ੇਸ਼ ਰਿਪੋਰਟ, ਇਹ ਵੱਖਰਾ ਉਪਰਾਲਾ। ਦੇਖਦੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ। ਅੱਗੇ ਅੱਜ ਗੱਲ ਕਰਦੇ ਹਾਂ ਠੰਡੀ ਛਾਂ ਦਾ ਲੰਗਰ, ਕਿਉਂਕਿ ਠੰਡੀ ਛਾਂ ਦਾ ਲੰਗਰ ਸਮੂਹ ਸੰਗਤ ਦੇ ਜਿੰਨੀਆਂ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਸਾਡੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ, ਜਿੰਨੇ ਵੀ ਮੋਗ ਗੁੱਗੇ ਸ਼ਹਿਰ ਦੀ ਸੰਗਤ ਆ, ਅੱਜ ਜਿਹੜਾ 8ਵਾਂ ਠੰਡੀ ਛਾਂ ਦਾ ਲੰਗਰ ਲਗਾਇਆ ਜਾ ਰਿਹਾ। ਜਿੱਥੇ ਕਿ ਠੰਡੀ ਛਾਂ ਦਾ ਲੰਗਰ ਵੀ ਲਗਾਇਆ ਜਾ ਰਿਹਾ, ਉੱਥੇ ਠੰਡੇ ਮਿੱਠੇ ਛਬੀਲ ਦੀ ਵੀ ਜਿਹੜੀ ਪਾਣੀ ਦੀ ਛਬੀਲ ਲਗਾਈ ਜਾ ਰਹੀ ਆ, ਕਿਉਂਕਿ ਜਿੱਥੇ ਕਿ ਖਾਲਸਾ ਸੇਵਾ ਸੁਸਾਇਟੀ ਦੀਆਂ ਜੇ ਮੈਂ ਸੇਵਾਵਾਂ ਗਿਣਨ ਲੱਗ ਜਾਵਾਂ ਤੇ ਸ਼ਾਇਦ ਲੱਗ ਜਾ 15 ਮਿੰਟ ਲੱਗ ਜਾਣਗੇ, ਕਿਉਂਕਿ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਆ ਸਾਡੇ ਸਰਦਾਰ ਗੁਰਦੇਵ ਸਿੰਘ ਜੀ ਖਾਲਸਾ ਜੀ, ਜਿਨ੍ਹਾਂ ਨੇ 1985 ਦੇ ਇੱਕ ਜੋੜਾ ਘਰ ਦੀ ਸੇਵਾ ਤੇ ਸ਼ੁਰੂ ਕੀਤੀ ਸੀਗੀ। ਕਿਉਂਕਿ ਅਸੀਂ ਮਾਣ ਨਾਲ, ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਖਾਲਸਾ ਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਹਾਂ, ਤੇ ਜਿੱਥੇ ਕਿ ਜੋੜਾ ਘਰ ਦੀ ਸੇਵਾ ਸ਼ੁਰੂ ਕੀਤੀ ਸੀ ਉੱਥੇ ਕਿ ਗੁਰੂ ਕੀ ਗੋਲਕ ਵੀ ਸਥਾਪਿਤ ਕੀਤੀ ਸੀ ਖਾਲਸਾ ਰੋਡ ਤੇ, ਜਿੱਥੇ ਕਹਿ ਲਈਏ ਕਿ 60-65 ਮਰੀਜ਼ਾਂ ਦੀ ਰੋਜ਼ ਦੀ OPD ਆ, ਜਿੱਥੇ ਸਾਡੇ ਆਪਣੇ ਡਾਕਟਰ ਸਾਹਿਬ ਡਾਕਟਰ ਸ਼ਮਸ਼ੇਰ ਜੀ, ਜਿਹੜੇ ਕਿ ਡਾਕਟਰ ਹਰਪ੍ਰੀਤ ਜੀ ਆਪਣੀਆਂ ਸੇਵਾਵਾਂ ਦੇ ਰਹੇ ਆ। ਜਿੱਥੇ ਕਿ ਗੱਲ ਕਰਦੇ ਹਾਂ ਅਸੀਂ ਖਾਲਸਾ ਸੇਵਾ ਸੁਸਾਇਟੀ ਦੇ ਸਰਦਾਰ ਪਰਮਜੋਤ ਸਿੰਘ ਜੀ ਖਾਲਸਾ ਜੀ,
ਤੇ ਸਾਡੇ ਕੁਲਦੀਪ ਸਿੰਘ ਜੀ, ਸਤਨਾਮ ਸਿੰਘ ਜੀ ਚੇਅਰਮੈਨ ਸਾਹਿਬ ਤੇ ਸਾਡੀ ਸਮੁੱਚੀ ਟੀਮ ਆ ਖਾਲਸਾ ਸੇਵਾ ਸੁਸਾਇਟੀ ਦੀ, ਕਿਉਂਕਿ ਜਿੱਥੇ ਕਿ ਸੇਵਾਵਾਂ ਚੱਲਦੀਆਂ ਉੱਥੇ ਖਾਲਸਾ ਸੇਵਾ ਸੁਸਾਇਟੀ ਦੀਆਂ ਸੇਵਾਵਾਂ ਦੇ ਵਿੱਚ ਹਰੇਕ ਭਰਾ ਸਾਡਾ, ਹਰੇਕ ਭੈਣ, ਹਰੇਕ ਸਾਡਾ ਛੋਟਾ ਬੱਚਾ ਵੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਵਾ। ਕਿਉਂਕਿ ਖਾਲਸਾ ਸੇਵਾ ਸੁਸਾਇਟੀ ਵੱਲੋਂ ਜਿੰਨੀਆਂ ਵੀ ਮੋਗੇ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਡੇ ਭੈਣਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ 5000 ਦੇ ਕਰੀਬ ਜਿਹੜਾ ਬੂਟਾ ਵੰਡ ਰਹੇ ਹਾਂ। ਬਾਰਕੋਡ ਦੇਣ ਦਾ ਮਤਲਬ ਸਾਡਾ ਇਹ ਆ, ਸਾਡੇ ਬਾਰਕੋਡ ਸਾਡੀ ਸਮੁੱਚੀ ਟੀਮ ਨੇ ਰਾਇ ਮਸ਼ਵਰਾ ਕਰਕੇ ਬਾਰਕੋਡ ਅਸੀਂ ਤਾਂ ਦਿੱਤਾ ਜਿਹੜਾ ਕਿ ਉਹ ਬੂਟਾ ਘਰ ਦੇ ਵਿੱਚ ਲਾਉਣਗੇ। ਜਦੋਂ ਉਹ ਇੱਕ ਅੱਜ ਛੋਟਾ ਰੁੱਖ ਲਾਇਆ, ਕੱਲ੍ਹ ਨੂੰ ਬ੍ਰਿਕਸ਼ ਬਣ ਕੇ ਇੱਕ ਠੰਡੀ ਛਾਂ ਜਦੋਂ ਦਊਗਾ, ਕਿਉਂਕਿ ਉਸਨੂੰ ਉਦਾਹਰਣ ਅਸੀਂ ਦੇਖਦੇ ਹੋਏ ਤੇ ਫਿਰ ਹੀ ਅਸੀਂ ਜਿਹੜਾ ਇਨਾਮ ਆਯੋਜਿਤ ਕਰਾਂਗੇ ਤੇ ਜਿਹੜਾ ਕਿ ਬਣਦਾ ਸਨਮਾਨ ਆ ਜਿਹੜਾ ਉਹਨਾਂ ਭਰਾਵਾਂ ਨੂੰ ਦਿੱਤਾ ਜਾਊਗਾ। ਕਿਉਂਕਿ ਸਨਮਾਨ ਕਹਿਣਾ ਸੌਖਾ ਵਾ, ਜਿਸ ਸਨਮਾਨ ਜਿਸ ਪੀਰ ਨੂੰ, ਭਰਾ ਵੀਰ ਨੂੰ, ਸਾਡੇ ਭੈਣ ਨੂੰ, ਬਜ਼ੁਰਗ ਨੂੰ, ਮਾਤਾ ਪਿਤਾ ਨੂੰ, ਸਾਡੇ ਅਰਗਿਆਂ ਨੂੰ ਜਿਨ੍ਹਾਂ ਨੂੰ ਸਨਮਾਨ ਮਿਲਦਾ ਵਾ, ਉੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਉਹਨਾਂ ਦੀ ਕਿਰਪਾ ਕਰਦੇ ਆ, ਕਿਉਂਕਿ ਸਨਮਾਨ ਲੈਣਾ ਕੋਈ ਸੌਖੀ ਗੱਲ ਨਹੀਂ। ਕਹਿਣਾ ਸੌਖਾ ਜਦੋਂ ਸਨਮਾਨ ਜਦੋਂ ਲੈਂਦਾ, ਮਾਣ ਦੇ ਨਾਲ ਉਹਦਾ ਸਿਰ ਉੱਚਾ ਕਰਕੇ ਕਹਿੰਦਾ ਵੀ ਮੈਨੂੰ ਖਾਲਸਾ ਸੇਵਾ ਸੁਸਾਇਟੀ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧਰਤੀ ਦੇ ਉੱਤੇ ਅੱਜ ਖਾਲਸਾ ਸੇਵਾ ਸੁਸਾਇਟੀ ਦਾ ਨਾਂ ਉੱਚਾ ਵਾ, ਇੱਕ ਝੰਡਾ ਸਾਡਾ ਉੱਚਾ ਵਾ, ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਖਾਲਸਾ ਸੇਵਾ ਸੁਸਾਇਟੀ ਅਸੀਂ ਮੈਂਬਰ ਸਾਹਿਬਾਨ ਹਾਂ। ਪਰਮਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਪਰਮਜੋਤ ਸਿੰਘ ਜੀ, ਖਾਲਸਾ ਸੇਵਾ ਸੁਸਾਇਟੀ ਮੋਗਾ। ਪਰਮਜੋਤ ਜੀ, ਅੱਜ ਠੰਡੀ ਮਿੱਠੀ ਛਾਂ ਦਾ ਲੰਗਰ ਲਗਾਇਆ ਗਿਆ, ਨਵਾਂ ਉਪਰਾਲਾ ਕੀਤਾ ਗਿਆ, ਕਿੱਦਾਂ ਮਨ ਦੇ ਵਿੱਚ ਗੱਲ ਆ? ਖਾਲਸਾ ਸੇਵਾ ਸੁਸਾਇਟੀ ਵੱਲੋਂ ਜੀ ਪਿਛਲੇ 7 ਸਾਲਾਂ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਵਾਤਾਵਰਨ ਪ੍ਰਤੀ ਹੁਣ ਲੋਕ ਸੁਚੇਤ ਹੋ ਰਹੇ ਆ। ਇੱਕ ਟਾਈਮ ਉਦੋਂ ਵੀ ਸੀ ਜਦੋਂ ਅਸੀਂ ਇਹ ਬੂਟਿਆਂ ਦਾ ਲੰਗਰ ਲਾਉਂਦੇ ਸੀ, ਕੋਈ ਬੂਟਾ ਸਾਡੇ ਤੋਂ ਲੈਂਦਾ ਨਹੀਂ ਸੀਗਾ। ਅੱਜ ਦੇਖ ਲਓ ਜੀ ਕਿਵੇਂ ਸੰਗਤ ਬੂਟੇ ਬੜੇ ਉਤਸ਼ਾਹ ਨਾਲ ਲਿਜਾ ਰਹੀ ਹੈ ਜੀ, ਅਤੇ ਇਹ ਸਾਡੇ ਕੋਲ ਅੱਜ 8ਵਾਂ ਲੰਗਰ ਚੱਲ ਰਿਹਾ ਜੀ। ਕਿੰਨੇ ਕੁ ਬੂਟੇ ਜਿਹੜੇ ਅੱਜ ਤੁਹਾਡੇ ਵੱਲੋਂ ਵੰਡੇ ਜਾਣਗੇ? ਅੱਜ 5000 ਦੇ ਕਰੀਬ ਬੂਟੇ ਖਾਲਸਾ ਸੇਵਾ ਸੁਸਾਇਟੀ ਵੱਲੋਂ ਵੰਡੇ ਜਾਣਗੇ ਜੀ। ਸਰ, ਸਕੈਨ ਕੋਡ ਵੀ ਦਿੱਤਾ ਗਿਆ, ਕਿਸ ਤਰ੍ਹਾਂ ਸਕੈਨ ਕੋਡ ਤੇ ਫੋਟੋ ਪਾਈ ਜਾਏਗੀ? ਹਾਂਜੀ, ਉਹ ਇਸ ਵਾਸਤੇ ਦਿੱਤਾ ਗਿਆ ਸੀ ਤਾਂ ਕਿ ਘਰੇ ਬੂਟਾ ਜਾ ਕੇ ਕੋਈ ਰੱਖੇ ਨਾ, ਬੂਟਾ ਜਾ ਕੇ ਲਾਵੇ ਵੀ, ਇਸ ਲਈ ਅਸੀਂ ਸਕੈਨ ਕੋਡ ਸ਼ੇਅਰ ਕੀਤਾ। ਜਿਹੜਾ ਸਕੈਨ ਕੋਡ ਤੇ ਫੋਟੋ ਪਾਊਗਾ ਉਹਨਾਂ ਵਿੱਚੋਂ ਲੱਕੀ ਡਰਾ ਕੱਢ ਕੇ ਬਾਅਦ 'ਚ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਜੀ। ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਸੇਵਾ ਹੈਗੀ, ਅੱਜ ਦੀ ਜ਼ਰੂਰਤ ਹੈ। ਖਾਲਸਾ ਸੇਵਾ ਸੁਸਾਇਟੀ ਨੇ ਜੋ ਇਹ ਵੱਡਾ ਉਪਰਾਲਾ ਕੀਤਾ, ਇਹਨਾਂ ਦਾ 8ਵਾਂ ਲੰਗਰ ਹੈ ਇਹ, ਠੰਡੀ ਛਾਂ ਦਾ ਲੰਗਰ, ਨਾਮ ਤੋਂ ਪਤਾ ਲੱਗਦਾ ਠੰਡੀ ਛਾਂ। ਔਰ ਅੱਜ ਆਪਣਾ ਪੰਜਾਬ ਜਿਹੜਾ ਬੰਜਰ ਬੰਦਾ ਜਾ ਰਿਹਾ ਹੈਗਾ, ਦੇਖਣ ਨੂੰ ਪਿਛਲੇ ਟਾਈਮ ਤੋਂ ਦੇਖ ਰਿਹਾ ਕਿ ਲੋਕ ਦਰਖਤ ਵੀ ਸਾੜ ਰਹੇ ਹੈ ਔਰ ਵੀਰਾਨਾ ਹੋ ਜਾ ਰਿਹਾ ਹੈਗਾ ਆਪਣਾ ਪੰਜਾਬ, ਇਹਨੂੰ ਅੱਜ ਜ਼ਰੂਰਤ ਹੈ। ਵੈਸੇ ਤਾਂ ਪੂਰੇ ਦੇਖੀਏ ਆਕਸੀਜਨ ਦੀ ਕਮੀ, ਆਪਾਂ ਪੂਰਾ ਵਰਲਡ ਨੂੰ ਤਹਿਸ ਨਹਿਸ ਕਰ ਰਿਹਾ ਹੈਗਾ ਜਿਹੜੀ ਇੰਪਿਓਰ ਹਵਾ ਹੈਗੀ, ਔਰ ਪੂਰੇ ਵਰਲਡ ਦੇ ਵਿੱਚ ਇਹਦੀ ਜ਼ਰੂਰਤ ਹੈਗੀ, ਤਾਂ ਕਿ ਇੱਕ ਇੱਕ ਇਨਸਾਨ ਵੀ ਜੇ 10-10 ਪੌਦੇ ਲਵਾਵੇ, ਸਿਰਫ ਲਾਉਣੇ ਹੀ ਨਹੀਂ ਉਹਨੂੰ ਪਾਲੇ ਵੀ। ਔਰ ਅੱਜ ਇੱਥੇ ਜਿਹੜਾ ਲੰਗਰ ਲੱਗਿਆ ਹੈਗਾ, ਇਹ ਪੌਦੇ ਘਰ ਲੈ ਕੇ ਜਾਣ ਔਰ ਇਸ ਦੀ ਦੇਖਭਾਲ ਕਰਨ, ਔਰ ਆਉਣ ਵਾਲੇ ਸਮੇਂ ਦੇ 4-5 ਸਾਲਾਂ ਨੂੰ ਇਹ ਇੱਕ ਬਹੁਤ ਵੱਡਾ ਬ੍ਰਿਕਸ਼ ਬਣੇਗਾ, ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਸਾਨੂੰ ਕਿਤੇ ਨਾ ਕਿਤੇ ਕੋਸੇਗੀ ਜੇ ਅਸੀਂ ਅੱਜ ਇਹ ਕੰਮ ਨਾ ਕੀਤੇ। ਪਰ ਖਾਲਸਾ ਸੇਵਾ ਸੁਸਾਇਟੀ ਨੇ ਜਿਹੜਾ 5000 ਪੌਦਾ ਅੱਜ ਡਿਸਟ੍ਰੀਬਿਊਟ ਕਰਨ ਦਾ ਸੰਕਲਪ ਲਿੱਤਾ ਹੈਗਾ, ਇਹਨਾਂ ਦੇ ਅਸੀਂ ਬਹੁਤ ਵੱਡੇ ਆਭਾਰੀ ਹਾਂਗੇ, ਕਿਉਂਕਿ ਐਡੇ ਵੱਡੀ ਸੇਵਾ ਜਿਹੜੀ ਇਹਨਾਂ ਨੇ ਪੂਰੀ ਟੀਮ ਪਿਛਲੇ ਇੰਨੇ ਸਾਲਾਂ ਤੋਂ ਕਰ ਰਹੀ ਹੈ। ਔਰ ਇਕੱਲੀ ਅੱਜ ਠੰਡੀ ਛਾਂ ਦਾ ਲੰਗਰ ਹੀ ਨਹੀਂ, ਪਹਿਲੇ ਗਰੀਬ ਲੜਕੀਆਂ ਦੇ ਵਿਆਹ ਕੀਤੇ, ਅਸੀਂ ਉਹਨਾਂ ਦਾ ਵੀ ਹਿੱਸਾ ਬਣੇ। ਜਦੋਂ ਜਿਵੇਂ ਸਮੇਂ ਦੀ ਜ਼ਰੂਰਤ ਹੁੰਦੀ ਹੈ, ਖਾਲਸਾ ਸੇਵਾ ਸੁਸਾਇਟੀ ਮੋਹਰੀ ਹੋ ਕੇ ਆਉਂਦੀ ਹੈ ਔਰ ਸਾਨੂੰ ਮਾਣ ਮਹਿਸੂਸ ਹੈ ਕਿ ਅਸੀਂ ਇਹਨਾਂ ਦਾ ਹਿੱਸਾ ਬਣਦੇ ਹਾਂ। ਮੈਮ, ਤੁਸੀਂ ਕਹਿ ਰਹੇ ਹੋ ਬੂਟੇ ਲੈ ਕੇ ਜਾਣਾ, ਘਰੇ ਸੰਭਾਲ ਕਰਨਾ,
ਪਰ ਕਾਫੀ ਲੋਕ ਇਹੋ ਜਿਹੇ ਵੀ ਨੇ ਜਿਹੜੇ ਬੂਟਾ ਲਿਜਾ ਕੇ ਫੇਸਬੁੱਕ 'ਤੇ ਫੋਟੋ ਪਾ ਦਿੰਦੇ ਆ ਪਰ ਬੂਟੇ ਦੀ ਸਾਂਭ ਸੰਭਾਲ ਨਹੀਂ ਕਰਦੇ, ਬੂਟਾ ਸੜ ਜਾਂਦਾ। ਦੇਖੋ ਅੱਜ ਉਹਨਾਂ ਨੂੰ ਲੱਗਦਾ ਹੋ ਕਿ ਅਸੀਂ ਲੋਕਾਂ ਨੂੰ ਧੋਖਾ ਦੇ ਰਹੇ ਹਾਂ ਵੀ ਫੇਸਬੁੱਕ 'ਤੇ ਫੋਟੋਆਂ ਤਾਂ ਪਾਤੀਆਂ ਅਪਲੋਡ ਕਰ ਦਿੱਤੀਆਂ ਪਰ ਉਸ ਪੌਦੇ ਨੂੰ ਪਾਲਿਆ ਨਹੀਂ, ਪਰ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਚੀਟ ਕਰ ਰਹੇ ਹੈਗੇ। ਆਉਣ ਵਾਲੀ ਜਨਰੇਸ਼ਨ ਉਹਨਾਂ ਦੀ ਹੀ ਪੀੜ੍ਹੀ ਉਹਨਾਂ ਨੂੰ ਗਾਲਾਂ ਕੱਢੇਗੀ, ਦੋਸ਼ ਦੇਵੇਗੀ ਕਿ ਜੇ ਉਹਨਾਂ ਨੇ ਪੌਦੇ ਲਾਏ ਹੁੰਦੇ ਤਾਂ ਅੱਜ ਇੱਥੇ ਆਕਸੀਜਨ ਸਿਲੰਡਰਾਂ 'ਚ ਨਾ ਵਿਕਦੀ ਹੁੰਦੀ, ਕਿਉਂਕਿ ਅੱਜ ਵੀ ਸਿਲੰਡਰਾਂ ਦੇ ਵਿੱਚ ਲੋਕਾਂ ਨੂੰ ਆਕਸੀਜਨ ਚੜਾਈ ਜਾਂਦੀ ਹੈ। ਕਰੋਨਾ ਟਾਈਮ ਆਪਾਂ ਦੇਖਿਆ ਹੈਗਾ ਕਿਵੇਂ ਲੋਕ ਤਰ੍ਹਾਂ ਤਰ੍ਹਾਂ ਮੱਚ ਗਈ ਸੀ ਆਕਸੀਜਨ ਸਿਲੰਡਰਾਂ ਲਈ ਭੀੜ, ਲੋਕ ਇੱਕ ਦੂਜੇ ਨੂੰ ਮਾਰ ਕੁੱਟਣਾ ਸ਼ੁਰੂ ਕਰ ਗਏ ਸੀਗੇ ਵੀ ਆਕਸੀਜਨ ਦੀ ਕਮੀ ਪੈ ਗਈ ਸੀ। ਪਰ ਅੱਜ ਸਾਡੇ ਕੋਲ ਮੌਕਾ ਹੈ, ਸੰਭਲ ਜੀਏ, ਕਿਉਂਕਿ ਪੰਜਾਬ 'ਚ ਪਾਣੀ ਵੀ ਮੁੱਕਦਾ ਜਾ ਰਿਹਾ ਹੈ। ਬਹੁਤ ਸੇ ਇਲਾਕੇ ਇਹੋ ਜਿਹੇ ਹੈਗੇ ਕਿ ਪਾਣੀ ਮੁੱਕ ਗਿਆ ਹੈ ਔਰ ਆਪਣੇ ਮੋਗੇ ਤੱਕ ਪਹੁੰਚ ਗਈ ਇਹ ਹਾਲਤ ਕਿ ਮੋਗੇ 'ਚ ਵੀ ਪਾਣੀ ਮੁੱਕਣਾ ਸ਼ੁਰੂ ਹੋ ਗਿਆ ਹੈ। ਜੇ ਅੱਜ ਆਪਾਂ ਇਹ ਪੇੜ ਪੌਦੇ ਨਾ ਲਾਏ, ਕਿਉਂਕਿ ਅੱਗੇ ਜਾ ਕੇ ਬਾਰਿਸ਼ ਦੇ ਦਿਨ ਸ਼ੁਰੂ ਹੋ ਜਾਣੇ ਆ, ਅੱਜ ਆਪਣੇ ਕੋਲ ਮੌਕਾ ਹੈ ਕਿ ਅੱਜ ਆਪਾਂ ਧਰਤੀ ਦੇ ਵਿੱਚ ਆਪਾਂ ਇਹ ਪੌਦੇ ਲਗਾਈਏ ਅਤੇ ਕੁਦਰਤ ਨੇ ਮੀਂਹ ਦੇ ਪਾਣੀ ਨਾਲ ਇਹਨਾਂ ਨੂੰ ਆਪੇ ਪਾ ਲੈਣਾ। ਆਪਾਂ ਸਿਰਫ ਦੇਖ ਰੇਖ ਕਰਨੀ ਹੈ, ਜਦੋਂ ਮੌਸਮ ਖਰਾਬ ਹੈ ਉਹਦੀ ਦੇਖ ਰੇਖ ਕਰਾਂਗੇ, ਗਰਮੀ ਦੇ ਵਿੱਚ ਇਹਨੂੰ ਪਾਣੀ ਦੇਵਾਂਗੇ। ਜੇ ਅੱਜ ਆਪਾਂ ਪਾਲਾਂਗੇ ਤਾਂ ਕੱਲ੍ਹ ਨੂੰ ਆਪਣੀ ਹੀ ਪੀੜ੍ਹੀ ਸੌਖੀ ਰਹੇਗੀ, ਆਪਾਂ ਸੌਖੇ ਰਹਾਂਗੇ। ਸੰਸਥਾ ਵੱਲੋਂ ਉਪਰਾਲਾ ਬੜਾ ਵਧੀਆ ਕੀਤਾ ਗਿਆ, ਕਿੱਦਾਂ ਲੱਗਦਾ? ਇਹ ਖਾਲਸਾ ਸੇਵਾ ਸੁਸਾਇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਅੱਜ ਕੱਲ੍ਹ ਵੱਧਦੀ ਗਰਮੀ ਨੂੰ ਵੇਖਦੇ ਹੋਏ ਜਿਹੜੇ ਕਿ ਬੂਟੇ ਲਗਾਉਣ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਅਤੇ ਨਾਲ ਹੀ ਗਰਮੀ ਬਹੁਤ ਜ਼ਿਆਦਾ ਵੱਧ ਰਹੀ, ਇਸ ਕਰਕੇ ਉਹਨਾਂ ਨੇ ਛਬੀਲ ਦਾ ਵੀ ਲੰਗਰ ਲਾਇਆ ਹੈ। ਇਹ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਇਹੋ ਜਿਹੇ ਛੋਟੇ ਛੋਟੇ ਕਦਮ ਹੀ ਪੰਜਾਬ ਨੂੰ ਬਹੁਤ ਹੀ ਹਰਿਆ ਭਰਿਆ ਬਣਾ ਦੇਣਗੇ। ਦੇਖੋ ਜੀ, ਇੱਕ ਸ਼ੁਰੂਆਤ ਦੀ ਹੀ ਲੋੜ ਹੁੰਦੀ ਹੈ, ਫਿਰ ਹੌਲੀ ਹੌਲੀ ਹੀ ਅੱਗੇ ਇਹ ਮਿਸ਼ਨ ਵੱਧ ਸਕਦਾ ਹੈ। ਦੇਖੋ ਜੀ, ਮੇਰਾ ਪ੍ਰਸ਼ਨ ਹੈ ਸਾਰਿਆਂ ਨੂੰ ਕਿ ਆਪਾਂ ਕਿਤੇ ਇਹ ਚਿੜੀ ਕਿਤੇ ਵੀ ਕੋਈ ਵੀ ਚਿੜੀ ਆਪਾਂ ਵੇਖੀ ਹੈ? ਨਹੀਂ, ਅੱਜ ਕੱਲ੍ਹ ਜਿਹੜੇ ਚਿੜੀਆਂ ਮਰ ਰਹੀਆਂ ਕਿਉਂਕਿ ਉਹਨਾਂ ਕੋਲ ਪੀਣ ਨੂੰ ਪਾਣੀ ਨਹੀਂ ਹੈ, ਇਸ ਕਰਕੇ ਉਹਨਾਂ ਕੋਲ ਰਹਿਣ ਲਈ ਕੁਛ ਵੀ ਨਹੀਂ ਹੈ। ਇਸ ਕਰਕੇ ਬਹੁਤ ਹੀ ਵਧੀਆ ਉਪਰਾਲਾ ਹੈ, ਉਹਨਾਂ ਦੇ ਰਹਿਣ ਲਈ ਉਹਨਾਂ ਨੇ ਕਰ ਦਿੱਤਾ ਸਾਨੂੰ।